ਅਸਲਾਮੁਆਲਿਕਮ ਦੋਸਤੋ ਆਪਣਾ ਪਾਕਿਸਤਾਨ ਯੂਟਿਊਬ ਚੈਨਲ ਵਿੱਚ ਦੋਸਤਾਂ ਵੀਰਾਂ ਨੂੰ ਖੁਸ਼ਾਮਦੀਦ ਜੀ ਅੱਜ ਆਪਣੇ ਦੋਸਤਾਂ ਵਾਸਤੇ ਜੀ ਦੋ ਟਰੈਕਟਰ ਬੜੇ ਸ਼ਾਨਦਾਰ ਕਿਸਮ ਦੇ ਲੈ ਕੇ ਆਏ ਆ ਜੀ ਮੈਸੀ ਫਰਗੋਸਨ ਦੇ 240 ਤੇ 260 ਜੀ ਤੇ ਦੋਸਤੋ ਜਿਹੜੇ ਦੋਨੋਂ ਟਰੈਕਟਰ ਆ ਇਹਦਾ ਜਿਹੜਾ ਮਾਲਕ ਦਾ ਰਾਪਤਾ ਨੰਬਰ ਆ ਵੀਡੀਓ ਡਿਸਕ੍ਰਿਪਸ਼ਨ 'ਚ ਲਿਖਿਆ ਹੋਏਗਾ ਉਤੋਂ ਵੇਖ ਕੇ ਜਿਹੜੇ ਦੋਸਤ ਨੂੰ ਜਿਹੜਾ ਟਰੈਕਟਰ ਪਸੰਦ ਆਵੇ ਉਹ ਮਾਲਕ ਨਾਲ ਰਾਬਤਾ ਕਰਕੇ ਤੇ ਟਰੈਕਟਰ ਪਰਚੇਜ਼ ਕਰੇ ਤੇ ਦੋਸਤਾਂ ਨੂੰ ਹੁਣ ਜਿਹੜਾ ਨਾ ਜੀ ਟਰੈਕਟਰ ਸਭ ਤੋਂ ਪਹਿਲੇ ਮੈਂ ਜਿਹੜਾ ਮੈਸੀ 240 ਹੈ ਇਹਦਾ ਡਿਟੇਲ ਨਾਲ ਸਾਰੀ ਸਮਝਾ ਦਿੰਨਾ ਜੀ ਵੀ ਕੀ ਹੈ ਦੀ ਕੰਡੀਸ਼ਨ ਹੈ ਟਰੈਕਟਰ ਦੀ ਤੇ ਇਹ ਜਿਹੜਾ ਦੋਸਤੋ ਟਰੈਕਟਰ ਆ 240 ਟੋਟਲ ਜੈਨੂਨ 0 ਮੀਟਰ ਟਰੈਕਟਰ ਤਰ੍ਹਾਂ ਟਰੈਕਟਰ ਆ ਸਿਰਫ 600 ਘੰਟਾ ਚੱਲੇ ਆ ਜੀ ਤੇ ਬਿਲਕੁਲ ਨਵਾਂ ਟਰੈਕਟਰ ਆ ਜੀ ਇਹਨੂੰ ਚਾਬੀ ਤੱਕ ਨਹੀਂ ਟਰੈਕਟਰ ਨੂੰ ਲੱਗੀ ਕੰਡੀਸ਼ਨ ਵਾਈਜ਼ ਤੁਸੀਂ ਟਰੈਕਟਰ ਖੁਦ ਵੀਡੀਓ ਚ ਵੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰਾ ਟਰੈਕਟਰ ਨਜ਼ਰ ਆ ਰਿਹਾ ਜੀ ਤੇ ਨਵਾਂ ਹੀ ਟਰੈਕਟਰ ਆ 2013 ਮਾਡਲ ਆ ਬਿਲਕੁਲ ਇਸ ਟਰੈਕਟਰ ਦਾ ਜਿਹੜਾ ਨਾ ਜੀ ਬਹੁਤ ਘੱਟ ਯੂਜ਼ ਟਰੈਕਟਰ ਹੋਇਆ 600 ਘੰਟਾ ਯੂਜ਼ ਹੋਇਆ ਇਹ ਕੰਡੀਸ਼ਨ ਤੁਸੀਂ ਚੇਸੀ ਦੀ ਵੇਖ ਲਓ ਜਿਵੇਂ 0 ਮੀਟਰ ਟਰੈਕਟਰ ਦੀ ਕੰਡੀਸ਼ਨ ਹੁੰਦੀ ਹੈ ਐਂਦੀ ਕੰਡੀਸ਼ਨ ਆ ਟਰੈਕਟਰ ਟੋਟਲ 14 ਨੇ ਤੋਂ 16 ਨੇ ਟਰੈਕਟਰ ਆ ਜੀ ਪੂਰਾ ਟਰੈਕਟਰ ਜਿਹੜਾ ਨਾ ਜੀ 0 ਮੀਟਰ ਜਿਵੇਂ ਟਰੈਕਟਰ ਹੁੰਦਾ ਉਹ ਜ ਬਾਕੀ ਵੀਡੀਓ ਤੁਸੀਂ ਵੇਖ ਸਕਦੇ ਹੋ ਇਹ ਟਾਇਰਾਂ ਦੀ ਵੀ ਕੰਡੀਸ਼ਨ ਵੇਖ ਸਕਦੇ ਹੋ ਬਿਲਕੁਲ 0 ਮੀਟਰ ਕੰਡੀਸ਼ਨ ਦਾ ਟਰੈਕਟਰ ਆ ਤੇ ਮੈਂ ਆਪਣੇ ਦੋਸਤਾਂ ਵੀਰਾਂ ਨੂੰ ਦੱਸ ਦਿੰਨਾ ਜੀ ਇਹਦਾ ਮਾਲਕ ਦਾ ਜਿਹੜਾ ਡਿਮਾਂਡ ਆ ਉਹ ਕਰ ਰਿਹਾ 7 ਲੱਖ ਰੁਪਇਆ ਮੌਕੇ ਤੇ ਕਮੀ ਪੇਸ਼ੀ ਜ਼ਰੂਰ ਹੋ ਜੇਗੀ ਅਵੇਲੇਬਲ ਸਿਟੀ ਗੋਜਰਾ ਜੇ ਤੇ ਮਾਲਕ ਦਾ ਰਾਪਤਾ ਨੰਬਰ ਜਿਹੜਾ ਵੀਡੀਓ ਡਿਸਕ੍ਰਿਪਸ਼ਨ ਚ ਤੁਹਾਨੂੰ ਲੱਭ ਜੇਗਾ 2013 ਮਾਡਲ ਆ ਤੇ ਤੁਸੀਂ ਉੱਥੋਂ ਵੇਖ ਕੇ ਤੇ ਮਾਲਕ ਨਾਲ ਰਾਪਤਾ ਕਰ ਸਕਦੇ ਹੋ ਤੇ ਹੁਣ ਆਪਾਂ ਦੂਸਰੇ ਟਰੈਕਟਰ ਦੀ ਗੱਲ ਕਰ ਲੈਂਦੇ ਆ ਮੈਸੇਜ 260 ਦੀ ਜੀ ਇਹ ਜਿਹੜਾ 260 ਆ ਜੀ ਇਹ ਵੀ ਟੋਟਲ ਜੈਨੂਨ ਟਰੈਕਟਰ ਆ 12 ਤੋਂ 14 ਨੇ ਇਹਦੇ ਟਾਇਰਾਂ ਦੀ ਕੰਡੀਸ਼ਨ ਨਾਲ ਲੁੱਕ ਵਾਈਜ਼ ਪੂਰਾ 14 ਨੇ ਟਰੈਕਟਰ ਲੱਗ ਰਿਹਾ ਜੀ ਚੇਸੀ ਤੇ ਆਪਣਾ ਬਾਡੀ ਦਾ ਰੰਗ ਇਹਦਾ ਪੂਰਾ 14 ਨੇ ਆ ਜੀ ਤੇ ਟਰੈਕਟਰ ਬੜਾ ਸ਼ਾਨਦਾਰ ਕਿਸਮ ਦਾ ਟਰੈਕਟਰ ਆ ਇਹਦਾ ਵੀ ਮਾਲਕ ਦਾ ਰਾਪਤਾਰ ਨੰਬਰ ਵੀਡੀਓ ਡਿਸਕ੍ਰਿਪਸ਼ਨ ਚ ਲੱਭ ਜੇਗਾ ਛੱਤ ਬੜੀ ਸੋਹਣੀ ਲੱਗੀ ਹੋਈ ਆ ਟਰੈਕਟਰ ਦਾ ਬੜਾ ਸੋਹਣਾ ਜੀ ਤੇ ਟਰੈਕਟਰ ਦਾ ਜਿਹੜਾ ਇਹਦਾ ਕੰਡੀਸ਼ਨ ਆ ਉਹ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਲੋਕ ਵਾਈਜ਼ ਚੰਗਾ ਟਰੈਕਟਰ ਆ ਇੰਜਨ ਇਹਦਾ ਜੈਨੂਨ ਆ ਤੇ 2011 ਮਾਡਲ ਆ ਤੇ ਜਿਹੜੀ ਇਹਦੀ ਆਪਣਾ ਟਰੈਕਟਰ ਦੀ ਇਸ ਟਾਈਮ ਕੰਮ ਦੀ ਕੰਡੀਸ਼ਨ ਕੋਈ ਵੀ ਨਹੀਂ ਕੰਮ ਟਰੈਕਟਰ ਕੋਈ ਵੀ ਨਹੀਂ ਲੈਂਦਾ ਜੀ ਸਾਰਾ ਜੈਨੂਨ ਟਰੈਕਟਰ ਆ ਛੱਤ ਸੋਹਣੀ ਪਿੱਛੇ ਸੀਟ ਵੀ ਲੱਗੀ ਹੈ ਜੀ ਬੈਕ ਸਾਈਡ ਤੋਂ ਵੀ ਤੁਸੀਂ ਚੈੱਕ ਕਰ ਲਓ ਜੀ ਟਾਇਰਾਂ ਦੀ ਕੰਡੀਸ਼ਨ ਮਰਗਾਡਾਂ ਦੀ ਕੰਡੀਸ਼ਨ ਜੀ ਇਹ ਆ ਦਾ ਬੈਕ ਸਾਈਡ ਦਾ ਇਸਾ ਲਿੰਕਾਂ ਲੁਕਾਂ ਬਿਲਕੁਲ ਸਾਫ ਸੁਥਰੀਆਂ ਹੋ ਕਟੈਕਟ ਨੂੰ ਕੋਈ ਨਹੀਂ ਲੱਗੀ ਰਿਮ ਦੀ ਕੰਡੀਸ਼ਨ ਤੁਸੀਂ ਵੀਡੀਓ ਚ ਵੇਖ ਸਕਦੇ ਹੋ ਜੀ ਕਿਵੇਂ ਦੀ ਹੈ ਇਹ ਟਾਇਰ ਦੀ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੀ ਹੈ ਜੀ ਤੇ ਹੁਣ ਤੁਹਾਨੂੰ ਮੈਂ ਮਾਲਕ ਦਾ ਰਾਪਤਾ ਨੰਬਰ ਦੇ ਦਿੰਨਾ ਜੀ ਵਿਕੀ ਹੈ ਤੇ ਮਾਲਕ ਦਾ ਰਾਪਤਾ ਨੰਬਰ ਤੁਹਾਨੂੰ ਵੀਡੀਓ ਡਿਸਕ੍ਰਿਪਸ਼ਨ ਚ ਲੱਭੇਗਾ ਡਿਮਾਂਡ ਮਾਲਕ ਕਰ ਰਿਹਾ 6 ਲੱਖ 65000 ਰੁਪਿਆ ਮੌਕੇ ਤੇ ਕਮੀ ਪੇਸ਼ੀ ਜ਼ਰੂਰ ਹੋਏਗੀ ਅਵੇਲੇਬਲ ਸਿਟੀ ਜਿਹੜੀ ਹਾਫਜ਼ਾਬਾਦ ਆ 2011 ਮਾਡਲ 260 ਆ ਜੀ ਤੇ ਜਿਹੜੇ ਦੋਸਤ ਨੂੰ ਪਸੰਦ ਆਵੇ ਰਾਬਤਾ ਕਰੇ ਤੇ ਟਰੈਕਟਰ ਨੂੰ ਪਰਚੇਸ ਕਰੇ ਜੀ ਆਫਜ਼ਾਬਾਦ ਸਿਟੀ ਵਿੱਚ ਤੇ ਹੁਣ ਦੋਸਤਾਂ ਵੀਰਾਂ ਨੂੰ ਗੁਜ਼ਾਰਿਸ਼ ਹੈ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰੋ ਮੈਂ ਤੁਹਾਨੂੰ ਮناسب ਕੀਮਤ ਦੇ ਅੱਛੇ ਟਰੈਕਟਰ ਜਿਹੜੇ ਵੀਡੀਓ ਅਪਲੋਡ ਕਰਦਾ ਰਹਾਂਗਾ ਅਗਲੀ ਵੀਡੀਓ ਤੱਕ ਆਜ਼ਾਦੀ ਜੀ ਅੱਲਾਹ হাফেজ